ਜਥੇਦਾਰ ਸਾਹਿਬ ਨੇ ਇੱਕ ਸਬ ਕਮੇਟੀ ਫਾਰਮ ਕੀਤੀ ਸੀ ਕੱਲ, ਜਿਹਦੇ ਵਿੱਚ ਦਾਸ ਦੀ ਨਾਂ ਆ, ਔਰ ਸਤਿਕਾਰਯੋਗ ਸਰਦਾਰ ਨਿਰਮਲ ਸਿੰਘ ਜੀ ਪ੍ਰਧਾਨ ਚੀਫ ਖਾਲਸਾ ਦੀਵਾਨ, ਔਰ ਸਾਡੇ ਸਤਿਕਾਰਯੋਗ ਡਾਕਟਰ ਰੂਪ ਸਿੰਘ ਜੀ ਚੀਫ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਿੰਨਾਂ, ਔਰ ਉਹਦੇ ਕੋਆਰਡੀਨੇਟਰ ਜਿਹੜੇ ਸਰਦਾਰ ਸੁਖਦੇਵ ਸਿੰਘ ਭੂਰਾ ਸਾਹਿਬ ਨੂੰ ਨਿਯੁਕਤ ਕੀਤਾ ਸੀ, ਔਰ ਸਾਨੂੰ ਹੁਕਮ ਕੀਤਾ ਸੀ ਕਿ ਇਹ ਜਿਹੜਾ ਕਰੰਟ ਮਸਲਾ ਚੱਲ ਰਿਹਾ ਬੁੱਤਾਂ ਨਾਲ ਸੰਬੰਧਿਤ, ਇਹਦੇ ਸੰਬੰਧ ਵਿੱਚ ਮੌਜੂਦਾ ਜਿਹੜੇ ਅਧਿਕਾਰੀ ਨੇ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨਾਲ ਰਾਬਤਾ ਕਾਇਮ ਕਰਕੇ, ਗੱਲਬਾਤ ਕਰਕੇ 5 ਦਿਨਾਂ ਦੇ ਵਿੱਚ ਇਹਦੀ ਜਿਹੜੀ ਆ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਨੂੰ ਭੇਜੀ ਜਾਵੇ। ਸੋ ਉਹਨਾਂ ਦੇ ਦਿਸ਼ਾ ਨਿਰਦੇਸ਼ ਮੁਤਾਬਕ ਹੀ ਅੱਜ ਜਿਹੜੀ ਅਸੀਂ ਐਮਰਜੈਂਸੀ ਮੀਟਿੰਗ ਹੁਣ ਕੀਤੀ ਹੈ, ਔਰ ਅਸੀਂ ਹੁਣੇ ਅਜੇ ਸਾਰਿਆਂ ਦੀ ਪ੍ਰੈਜੈਂਸ ਦੇ ਵਿੱਚ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਰਦਾਰ ਸ਼ਿਵ ਦਲਾਰ ਸਿੰਘ ਜੀ ਨਾਲ ਫੋਨ 'ਤੇ ਗੱਲ ਕੀਤੀ ਹੈ, ਕਿਉਂਕਿ ਉਹਨਾਂ ਦਾ ਕੋਈ ਪਰਿਵਾਰਕ ਰੁਝੇਵਾਂ ਉਹਦੇ ਕਰਕੇ ਇੱਥੇ ਅਵੇਲੇਬਲ ਨਹੀਂ ਆ ਜਾਏਗੇ, ਔਰ ਉਹਨਾਂ ਨੇ ਟਾਈਮ ਦਿੱਤਾ ਕੱਲ੍ਹ ਸ਼ਾਮ ਨੂੰ 5 ਵਜੇ ਦਾ ਸਾਨੂੰ ਮਿਲਦਾ ਉਹਨਾਂ ਦੇ ਕੈਂਪਸ ਮੇ ਵੀ। ਅਸੀਂ ਉਹਨਾਂ ਦੇ ਕੈਂਪਸ ਜਾ ਕੇ ਕੱਲ੍ਹ ਨੂੰ ਸ਼ਾਮੀ 5 ਵਜੇ ਮੀਟਿੰਗ ਕਰਾਂਗੇ, ਔਰ ਜਿਹੜਾ ਇਹ ਸੰਬੰਧਿਤ ਇਸ਼ੂ ਹੈ, ਜਿਹੜਾ ਕੋਈ ਜਥੇਬੰਦੀਆਂ ਵਾਲੇ ਇਹਦੇ ਨਾਲ ਸੰਬੰਧਿਤ ਰੇਜ ਕੀਤਾ ਗਿਆ, ਉਹਦੇ ਨਾਲ ਸੰਬੰਧਿਤ ਡਿਟੇਲ ਵਿੱਚ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਕਰਾਂਗੇ ਕਿ ਉਹ ਇਮੀਡੀਏਟ ਜਿਹੜਾ ਸਾਡੀ ਇਸ ਕਮੇਟੀ ਦਾ ਜਿਹੜਾ ਸੁਨੇਹਾ ਆਪਣੀ ਸਰਕਾਰ ਨੂੰ ਇਮੀਡੀਏਟ ਪਹੁੰਚਾਵੇ, ਔਰ ਇਹ 'ਤੇ ਸੰਜੀਦਗੀ ਦੇ ਨਾਲ ਇਮੀਡੀਏਟ ਜਿਹੜਾ ਠੋਸ ਫੈਸਲਾ ਲਵੇ। ਇਹ ਵੇਖੋ, ਇਹ ਫੈਸਲਾ ਸਰਕਾਰ ਨੇ ਲੈਣਾ, ਸਾਡਾ ਤਾਂ ਕਲੀਅਰ ਕੱਟ ਆ ਵੀ ਜਿਹੜੇ ਇਹ ਬੋਤ ਨੇ ਜਿਹਦੇ ਸੰਬੰਧ ਵਿੱਚ ਕੋਈ ਵਾਦ ਖੜਾ ਹੋਇਆ, ਫੈਸਲਾ ਅਲਟੀਮੇਟਲੀ ਸਰਕਾਰ ਨੇ ਲੈਣਾ, ਕਿਉਂਕਿ ਜਿਹੜਾ ਹੈਰੀਟੇਜ ਟ੍ਰੇਡ ਵਿਰਾਸਤੀ ਮਾਰਗ ਆ ਉਹਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਨਹੀਂ ਹੈਗਾ, ਨਾ ਹੀ ਚੀਫ ਖਾਲਸਾ ਦੀਵਾਨ ਕੋਲ ਆ, ਇਸ ਕਰਕੇ ਅਸੀਂ ਉਹਦੇ ਸੰਬੰਧ 'ਚ ਕੋਈ ਫੈਸਲਾ ਨਹੀਂ ਲੈ ਸਕਦੇ। ਫੈਸਲਾ ਅਲਟੀਮੇਟਲੀ ਸਰਕਾਰ ਨੇ ਲੈਣਾ, ਔਰ ਪਿਛਲੇ ਦਿਨਾਂ ਦੇ ਵਿੱਚ ਜੋ ਸਰਕਾਰ ਵੱਲੋਂ ਇਸ ਇਸ਼ੂ ਨੂੰ ਦਬਾਉਣ ਵਾਸਤੇ ਜਿੰਨਾ ਕੋਈ ਜਜ਼ਬਾਤੀ ਨੌਜਵਾਨਾਂ ਵੱਲੋਂ ਇਸ਼ੂ ਰੇਜ਼ ਕੀਤਾ ਗਿਆ, ਉਹਨਾਂ ਨੂੰ ਫੜ ਕੇ ਜਿਹੜੀ 307 ਲਾਈ ਹੈ ਉਹਦੀ ਕੋਈ ਵਾਜਿਬੀਅਤ ਨਹੀਂ ਬਣਦੀ ਕਿ 307 ਬਹੁਤ ਵਧੀ ਲਾ ਕੇ ਤਾਂ ਉਹਨਾਂ ਨੂੰ ਅੰਦਰ ਧੱਕਿਆ ਗਿਆ। ਉਹਨਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨੀ ਚਾਹੀਦੀ, ਸਰਕਾਰ ਨੂੰ ਵਿਚਾਰ ਕਰਨੀ ਚਾਹੀਦੀ ਸੀ, ਉਹਦੇ ਸੰਜੀਦਗੀ ਨਾਲ ਇਮੀਡੀਏਟ ਫੈਸਲਾ ਲੈਣਾ ਚਾਹੀਦਾ ਜੀ ਹੁਣ ਤੱਕ, ਕਿਉਂਕਿ ਫੈਸਲਾ ਅਲਟੀਮੇਟਲੀ ਜਿਹੜੀ ਸੰਬੰਧਿਤ ਸਰਕਾਰ ਹੈ ਉਹਨੇ ਹੀ ਲੈਣਾ, ਅਤੇ ਉਹਨੂੰ ਇਮੀਡੀਏਟ ਲੈਣਾ ਚਾਹੀਦਾ ਜੋ ਇਤਿਹਾਸਕ ਮਹੱਤਤਾ ਹੈ ਵਿਰਾਸਤੀ ਮਾਰਗ ਦੀ, ਉਹਨੂੰ ਮੱਦੇਨਜ਼ਰ ਰੱਖ ਕੇ ਫੈਸਲਾ ਲਵੇ। ਸਾਡੀ ਜਿਹੜੀ ਰਾਏ ਆ ਅਸੀਂ ਤਾਂ ਇਸੇ ਗੱਲ ਦੇ ਉੱਤੇ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹੁਕਮ ਕੀਤਾ ਉਹਨੂੰ ਮੱਦੇਨਜ਼ਰ ਰੱਖ ਕੇ ਹੀ ਅਸੀਂ ਹੁਣ ਮੀਟਿੰਗ ਕੀਤੀ ਹੈ, ਔਰ ਉਸੇ ਸੰਜੀਦਗੀ ਦੇ ਨਾਲ ਉਸ ਇਸ਼ੂ ਦੇ ਉੱਤੇ ਅਸੀਂ ਉਹਨੂੰ ਸਰਕਾਰ ਦੇ ਟੇਬਲ 'ਤੇ ਵੀ ਖੜਾਂਗੇ, ਡੀ ਸੀ ਸਾਹਿਬ ਨੂੰ ਮਿਲਾਂਗੇ। ਜਿਹੜਾ ਨੌਜਵਾਨਾਂ ਦੇ ਉੱਤੇ ਕੇਸ ਪਾਏ ਗਏ ਆ, 307 ਦੇ ਪਰਚਾ ਦਰਜ ਕੀਤਾ ਗਿਆ, ਉਹ ਆਪਣਾ ਖਾਰਜ ਕਰਾਉਣ ਵਾਸਤੇ, ਔਰ ਇਹਨਾਂ ਬੁੱਤਾਂ ਦੇ ਸੰਬੰਧ ਵਿੱਚ ਫੈਸਲਾ, ਠੋਸ ਫੈਸਲਾ ਔਰ ਇਮੀਡੀਏਟ ਫੈਸਲਾ ਲੈਣ ਵਾਸਤੇ ਹੀ ਉਹਨਾਂ ਨੂੰ ਬੇਨਤੀ ਕਰਾਂਗੇ। ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਵਿਰਾਸਤੀ ਮਾਰਗ ਦੀ ਇਤਿਹਾਸਕ ਮਹੱਤਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਫੈਸਲਾ ਲਵੇ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ, ਬਾਕੀ ਜਿਹੜੀ ਡਿਵੈਲਪਮੈਂਟ ਹੋ ਗਈ ਫਿਰ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੱਲੋਂ ਕੁਐਸਚਨ ਪੁੱਟ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਕੀ ਇਸ ਸੰਬੰਧ 'ਚ ਸੋਚਦੀ ਹੈ। ਸ਼੍ਰੋਮਣੀ ਕਮੇਟੀ ਵੀ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਹਮੇਸ਼ਾ ਕਰਦੀ ਆਈ ਹੈ ਅਤੇ ਅੱਜ ਵੀ ਕਰ ਰਹੀ ਹੈ ਅਤੇ ਗਾਂਹ ਕਰਦੀ ਰਹੇਗੀ। ਸਾਡਾ ਕੋਈ ਵੱਖਰਾ ਵਿਚਾਰ ਇਸ ਇਸ਼ੂ 'ਤੇ, ਕਿਸੇ ਵੀ ਪੰਥਕ ਇਸ਼ੂ 'ਤੇ ਕਦੇ ਵੱਖਰਾ ਨਹੀਂ ਹੋ ਸਕਦਾ। ਅਸੀਂ ਬਿਲਕੁਲ ਸਿੱਖ ਜਜ਼ਬਾਤਾਂ ਦੀ ਕਦਰ ਕਰਦੇ ਹਾਂ, ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਦੇ ਹਾਂ।